ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪਸੰਦੀਦਾ ਸ਼ੋਅ ਜਿਸਦਾ ਨਾਮ ਹੈ ਜੀ ਬਾਲੀਵੁੱਡ ਮਸਾਲਾ ਅਤੇ ਬਾਲੀਵੁੱਡ ਮਸਾਲਾ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ ਫੇਮਸ ਪੰਜਾਬੀ ਫਨਕਾਰ ਪਰਮੇਸ਼ ਵਰਮਾ ਜੀ ਬਾਰੇ। ਜੀ ਹਾਂ ਦਰਸ਼ਕੋ, ਪਰਮੇਸ਼ ਵਰਮਾ ਜੀ ਨੂੰ ਐਕਟਿੰਗ ਦਾ ਸ਼ੌਕ ਬਚਪਨ ਤੋਂ ਸੀ ਅਤੇ ਉਹ ਬਚਪਨ ਤੋਂ ਹੀ ਟੀ ਵੀ ਦੇ ਵਿੱਚ ਐਕਟਰਸ ਨੂੰ ਐਕਟਿੰਗ ਕਰਦੇ ਹੋਏ ਦੇਖਦੇ ਰਹਿੰਦੇ ਸੀ, ਪਰ 2007 ਦੇ ਵਿੱਚ ਉਹਨਾਂ ਨੂੰ ਆਪਣੀ ਸਟੱਡੀ ਕੰਪਲੀਟ ਕਰਨ ਦੇ ਲਈ ਸਿਡਨੀ ਜਾਣਾ ਪੈ ਗਿਆ। ਸਿਡਨੀ ਜਾ ਕੇ ਪਰਮੇਸ਼ ਵਰਮਾ ਜੀ ਨੇ ਆਪਣੀ ਸਟੱਡੀ ਵੀ ਕੰਪਲੀਟ ਕੀਤੀ ਅਤੇ ਨਾਲ ਦੀ ਨਾਲ ਉਹਨਾਂ ਨੇ ਜੋਬ ਵੀ ਕੀਤੀ, ਪਰ ਉਹਨਾਂ ਨੂੰ ਸਿਡਨੀ ਵਿੱਚ ਰਹਿੰਦੇ ਹੋਏ ਕਿਤੇ ਨਾ ਕਿਤੇ ਆਪਣਾ ਐਕਟਰ ਬਣਨ ਦਾ ਸੁਪਨਾ ਵੀ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ। ਪਰ ਪਰਮੇਸ਼ ਵਰਮਾ ਜੀ ਨੇ ਹਿੰਮਤ ਨਹੀਂ ਹਾਰੀ ਅਤੇ ਉਹ PR ਮਿਲਣ ਤੋਂ ਬਾਅਦ 2011 ਵਿੱਚ ਇੰਡੀਆ ਵਾਪਸ ਆਏ ਅਤੇ ਇੱਥੇ ਆ ਕੇ ਉਹਨਾਂ ਨੇ ਫਿਲਮ ਪੰਜਾਬ ਬੋਲਦਾ ਅਤੇ ਕਿਰਪਾਨ ਦੇ ਵਿੱਚ ਵੀ ਕੰਮ ਕੀਤਾ, ਪਰ ਹਲੇ ਵੀ ਉਹਨਾਂ ਦਾ ਦੁਨੀਆ 'ਤੇ ਫੇਮਸ ਹੋਣ ਦਾ ਸੁਪਨਾ ਅਧੂਰਾ ਸੀ। ਅਤੇ ਫਿਰ ਫਾਈਨਲੀ ਪਰਮੇਸ਼ ਵਰਮਾ ਜੀ ਬੰਬੇ ਦੇ ਵਿੱਚ ਗੁਰਦਾਸ ਮਾਨ ਜੀ ਦੇ ਪੁੱਤਰ ਗੁਰੀਕ ਮਾਨ ਜੀ ਨੂੰ ਮਿਲੇ। ਗੁਰੀਕ ਮਾਨ ਜੀ ਨੇ ਪਰਮੇਸ਼ ਵਰਮਾ ਜੀ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਜਾ ਕੇ ਡਾਇਰੈਕਸ਼ਨ ਦਾ ਕੰਮ ਕਰਨ ਅਤੇ ਪਰਮੇਸ਼ ਵਰਮਾ ਜੀ ਨੇ ਉਹਨਾਂ ਦੀ ਗੱਲ ਨੂੰ ਮੰਨਿਆ ਅਤੇ ਪੰਜਾਬ ਆ ਕੇ ਉਹਨਾਂ ਨੇ ਡਾਇਰੈਕਸ਼ਨ ਦਾ ਕੰਮ ਸ਼ੁਰੂ ਕੀਤਾ। ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਮਾਫੀਨਾਮਾ 2 ਦੇ ਲਈ ਕੰਮ ਕੀਤਾ, ਪਰ ਉਹਨਾਂ ਨੂੰ ਅਸਲੀ ਪਹਿਚਾਣ ਮਿਲੀ ਜੀ ਜਦੋਂ ਉਹਨਾਂ ਨੇ ਨਿੰਜਾ ਜੀ ਦੇ ਸਭ ਤੋਂ ਪਹਿਲੇ ਗੀਤ ਠੋਕਦਾ ਰਿਹਾ ਦਾ ਸ਼ੂਟ ਕੀਤਾ। ਗੀਤ ਬਹੁਤ ਹੀ ਜ਼ਿਆਦਾ ਸੁਪਰ ਡੁਪਰ ਹਿੱਟ ਰਿਹਾ ਅਤੇ ਪਰਮੇਸ਼ ਵਰਮਾ ਜੀ ਨੂੰ ਵੀ ਇਸ ਗੀਤ ਦੇ ਨਾਲ ਵੱਖਰੀ ਹੀ ਪਹਿਚਾਣ ਮਿਲੀ। ਇਸ ਤੋਂ ਬਾਅਦ ਸ਼ਾਇਦ ਪਰਮੇਸ਼ ਵਰਮਾ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਪਰਮੇਸ਼ ਵਰਮਾ ਜੀ ਫੇਮਸ ਸਿੰਗਰ ਵੀ ਨੇ, ਡਾਇਰੈਕਟਰ ਵੀ ਨੇ ਅਤੇ ਐਕਟਰ ਵੀ ਨੇ। ਪਰਮੇਸ਼ ਵਰਮਾ ਜੀ ਰੌਕੀ ਮੈਂਟਲ ਫਿਲਮ ਦੇ ਵਿੱਚ ਐਜ਼ ਏ ਐਕਟਰ ਵੀ ਕੰਮ ਕਰ ਚੁੱਕੇ ਨੇ ਅਤੇ ਪਰਮੇਸ਼ ਵਰਮਾ ਜੀ ਸਾਡੇ ਲਈ ਕਿੰਨੇ ਹੀ ਸੁਪਰ ਡੁਪਰ ਹਿੱਟ ਗੀਤ ਵੀ ਲੈ ਕੇ ਆ ਚੁੱਕੇ ਨੇ। ਪਰਮੇਸ਼ ਵਰਮਾ ਜੀ ਦਾ ਗੀਤ ਟੌਰ ਨਾਲ ਛੜਾ ਵੀ ਕਾਫੀ ਫੇਮਸ ਰਿਹਾ ਅਤੇ ਉਹਨਾਂ ਦਾ ਹਾਲਾਂ ਵਿੱਚ ਹੀ ਆਇਆ ਗੀਤ ਚਿੜੀ ਉੱਡ ਕਾਂ ਉੱਡ ਵੀ ਟ੍ਰੈਂਡਿੰਗ ਵਿੱਚ ਰਹਿ ਚੁੱਕਿਆ। ਪਰਮੇਸ਼ ਵਰਮਾ ਜੀ ਉਮੀਦ ਕਰਦੇ ਹਾਂ ਇੱਦਾਂ ਹੀ ਵਧੀਆ ਤੋਂ ਵਧੀਆ ਗੀਤ ਲੈ ਕੇ ਆਉਂਦੇ ਰਹੋਗੇ, ਇੱਦਾਂ ਹੀ ਦਰਸ਼ਕਾਂ ਨੂੰ ਖੁਸ਼ ਕਰਦੇ ਰਹੋਗੇ ਅਤੇ ਸਾਡੀ ਸਾਰੀ ਸ਼ਾਨ ਪੰਜਾਬੀ ਦੀ ਟੀਮ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਦੁਆਵਾਂ ਨੇ ਕਿ ਤੁਸੀਂ ਇੱਦਾਂ ਹੀ ਤਰੱਕੀਆਂ ਮਾਣਦੇ ਰਹੋ। ਸੋ ਦਰਸ਼ਕੋ, ਹੁਣ ਮੈਂ ਚੱਲਦੀ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਸਤਿ ਸ਼੍ਰੀ ਅਕਾਲ ਜੀ।